अस्सलाम वालेकुम। कसवाल न्यूज़ तो जी असी गल कर रहे हैं ते मेरे वाला साहब आ मुहम्मद सदीक वालद हाजी जान मुहम्मद पिंड किशनपुरा उतों इन्होंने हिजरत की इतने आन गए ना जिला साहिवाल तहसील चीचा उतनी कसवाल एक छोटा जहा स्टाप आ चक नंबर 39-14 च इस टाइम रह रहा ठीक हो गया जी। ए उन्होंने पोता सा कयूम आ पड़पोता हाजी मुहम्मद सदीक का एक पड़पोता छोटा ए दोवें पोते आ जी ठीक हो गया। तो हुण असीं गलबात करते हैं अब्बा जी ना ते अपने किशनपुरे की। अब्बा जी अस्सलाम वालेकुम। वालेकुम सलाम। ये दसो कि जो उजाड़ा पिया हाँ जी तुहाडी किन्नी उम्र सी? उदों मेरी उम्र सी 18-17 साल दी। ठीक हो गया। ते पिंड किशनपुरा? हाँ जी पिंड किशनपुरा कलां। अच्छा कलां कहिंदे सी वड्डा वड्डे नूं कलां कहिंदे। अच्छा अच्छा वड्डे नूं ठीक हो गया। ते वालद दा नाम? दादा जान मुहम्मद। जान मुहम्मद। ते जान मुहम्मद दे प्यो ना की सी? बूटा। बूटे दे प्यो ना? मड्डा। मड्डा यानी मुसलमान सी अपनी लड़ी? मुसलमान सी। ते मड्डे तो बाद नहीं पता? मड्डे तो बाद नहीं बाद बनता से आने बोलन लग पे सिखा दे ना आ जाते क्योंकि मुसलमान जो सिखा तो हो। हाँ यानी आप सिखा तो मुसलमान हो अगे अपना बनता सिंह इस तरह कह लग पे बोलन लग पे। वाह बड़ी तारीख पुरानी है जी बड़ी। यार बाबा जी हुणां कोल ना बहुत इन्हां कोल माशाला है पूरी हिस्टरी। ते अच्छा तुहाडी शादी केड़े पिंड होई सी इंडिया च? शादी चकर होई सी चकर। ए जिला इनू केड़ा पैंदा सी? जिला लुधियाना। लुधियाना बिल्कुल जी। ते ठीक हो गया। तुहाडी शादी नू होई नू किन्ने साल हो गए जो जाड़ा पिया? 2 साल पहले होई आ जाड़े तो। अच्छा पिंड चकर दी भी आपां थोड़ी जी हिस्टरी देखदे उत्थे तुहाडे कोई जानण वाले बंदे है सी? चकर भी सी जानण वाले ए होए सी साडे ब्यादर ही सी कम्यारा चो ही ਖਿਉਣਾ ਸੀਗਾ ਮੁਸਲਮਾਨਾਂ ਜੋ ਖਿਉਣਾ ਸੀ ਮੇਰੇ ਸਹੁਰੇ ਦਾ ਨਾਂ। ਅੱਛਾ ਤੇ ਸੱਸ ਦਾ ਨਾਂ? ਮਾਂ ਭੂਆ ਸੀ ਜਿਉਣੀ ਲੱਗ ਭੂਆ ਸੀ ਯਾਨੀ ਤੁਹਾਡੀ ਸੱਸ? ਹਾਂ ਸੱਸ ਜਿਹੜੀ ਸੀ। ਹਾਂ ਜਿਉਣੀ ਤੇ ਸੁਸਰ ਦਾ ਨਾਮ ਕੀ ਸੀ? ਖਿਉਣਾ। ਖਿਉਣਾ ਸਾਡੇ ਨਾਨੇ ਦਾ ਯਾਨੀ ਠੀਕ ਹੈ। ਦੂਜਾ ਉਹਦਾ ਭਰਾ ਸੀ ਨਵੀਨਾ ਸੀ ਫੁੰਮਣ। ਫੁੰਮਣ ਬਿਲਕੁਲ ਨਵੀਨਾ ਸੀ ਅੱਖਾਂ ਤੋਂ। ਹਾਂਜੀ ਤੇ ਹੋਰ ਕੋਈ ਤੁਹਾਨੂੰ ਕੋਈ ਉੱਥੇ ਹਿੰਦੂ ਸਿੱਖ ਆਪਣੇ ਕੋਈ ਜਾਣਨ ਵਾਲੇ ਜਾਂ ਵਲੈਤ ਵਲੂਦ ਗਏ ਬੰਦੇ ਉਸ ਦੌਰ 'ਚ? ਉਸ ਦੌਰ 'ਚ ਕੋਈ ਨਹੀਂ ਉੱਥੇ ਕੋਈ ਨਹੀਂ ਕਿਸ਼ਨਪੁਰੇ ਦੇ ਵਿੱਚ ਸੀਗੇ ਮੁਸਲਮਾਨ ਜਿਹੜੇ ਗਏ ਸੀ ਵਿੱਚ। ਅੱਛਾ ਜੀ ਉੱਥੋਂ ਨਹੀਂ ਗਏ ਸੀ? ਇਹ ਜਿਹੜਾ ਉੱਥੋਂ ਦਾ ਮੈਨੂੰ ਨਹੀਂ ਪਤਾ ਕਿਉਂਕਿ ਐਵੇਂ ਜ਼ਿਆਦਾ ਨਹੀਂ ਪਤਾ ਹੈਗਾ। ਜ਼ਿਆਦਾ ਨਹੀਂ ਪਤਾ ਠੀਕ ਹੋ ਗਿਆ। ਅਤੇ ਬਾਕੀ ਇਹ ਜਦੋਂ ਤੁਹਾਡੀ ਸ਼ਾਦੀ ਹੋਈ ਤੁਸੀਂ ਕਿਸ਼ਨਪੁਰਿਓਂ ਤੁਰ ਕੇ ਹੀ ਗਏ ਸੀਗੇ? ਤੁਰ ਕੇ ਗਧੇ ਨਾਲ ਲੈ ਕੇ ਨਾਲ ਖੱਚਰਾਂ ਗੱਡੀ ਨੂੰ ਰਾਸ ਜਿਹਦੇ। ਅੱਛਾ ਅੱਛਾ ਡੋਲੀ ਲਿਆਉਂਦੇ ਸੀ। ਅੱਛਾ ਅੱਛਾ ਰਾਸਤੇ ਗਏ ਅਤੇ ਸੁਬਾਹ ਦੇ ਤੁਰੇ ਹੋਣੇ ਤੇ ਕਦੋਂ ਉਪੜੇ ਤੁਸੀਂ? ਸ਼ਾਮ ਨੂੰ 16 ਵਾਟ ਸੀ। 16 ਯਾਨੀ ਅੱਜ ਦੇ 20-25 ਕਿਲੋਮੀਟਰ ਬਣ ਜਾਂਦਾ ਉਹ। ਠੀਕ ਹੋ ਗਿਆ ਜੀ। ਬਾਕੀ ਨਾ 16 ਠੀਕ ਹੋ ਗਿਆ। ਤੇ ਕਿੰਨੇ ਦਿਨ ਬਰਾਤ ਤੁਹਾਡੀ ਚੱਕਰ ਰਹੀ ਸੀ? 3 ਦਿਨ ਰਹੀ ਸੀਗੀ। ਤੇ 2 ਦਿਨ ਤਾਂ ਉਹ ਮਿੱਠਾ ਹੀ ਦੇਈ ਜਾਂਦੇ ਕੜਾਹ ਤੇ ਚੌਲ ਮਿੱਠੇ। ਹਾਂਜੀ ਛੇਕਲੇ ਦੇਣਾ ਬੱਕਰਾ ਛੂਰਾ ਦਿੰਦੇ ਸੀ ਬਸ ਇਹ। ਅੱਛਾ ਇਸ ਤਰ੍ਹਾਂ ਸੀ ਠੀਕ ਹੋ ਗਿਆ। ਅਤੇ ਆਪਣੇ ਕਿਸ਼ਨਪੁਰੇ ਤੁਹਾਡੇ ਜਾਣਨ ਵਾਲੇ ਯਾਰ ਬੇਲੀ ਕਿਹੜੇ ਕਿਹੜੇ ਨਾਲ ਸੀਗੇ ਕਿਸ਼ਨਪੁਰੇ? ਉਹ ਪਿੰਡ ਦੇ ਆਪਦੇ ਹੀ ਸੀ ਬੰਦੇ ਉਹ ਤਾਂ ਰਹੇ ਨਹੀਂ ਫੌਤ ਹੋ ਗਏ। ਸਾਂਢੂ ਸੀ ਮੇਰਾ ਜਿੰਨੇ ਹੋਰ ਆਪਦੇ ਵਿਆਹ। ਅੱਛਾ ਮਾਮਾ ਉਮਰਦੀਨ ਪਾੜਾ ਜਿਹਨੂੰ ਕਹਿੰਦੇ ਸੀ? ਹਾਂ ਅੱਛਾ 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 ਬਿਲਕੁਲ ਉਹ ਵੀ ਚੱਕਰੀ ਵਿਆਹੇ ਸੀ? ਚੱਕਰੀ ਵਿਆਹੇ ਸੀ। ਹਾਂ ਬਿਲਕੁਲ। ਅਤੇ ਉਹਨਾਂ ਨੇ ਮੈਂ ਇਹ ਵੀ ਸੁਣਿਆ ਕਿ ਦਾਦਾ ਹਾਜੀ ਵੀ ਦੱਸਦਾ ਹੁੰਦਾ ਜਾਨ ਮੁਹੰਮਦ ਕਿ ਤੁਹਾਨੂੰ ਕਿਹਾ ਸੀ ਉਹਨੇ ਕਿ ਆਪਾਂ ਉੱਠ ਚੱਲੀਏ। ਉਹ ਪੜ੍ਹਦਾ ਲਿਖਦਾ ਸੀ ਉਹਨੂੰ? ਪਾੜਾ ਉਦੋਂ 8 ਪੜਿਆ ਸੀ ਮੋਹਣ ਲਾਲ ਦੇ ਥੜੇ ਤੇ ਬਹਿੰਦਾ ਸੀ ਸਿੱਖ ਹਿੰਦੂ ਜਿਹੜੇ ਖੱਤਰੀ ਨਾ ਉਹ ਅਖਬਾਰਾਂ ਬਹੁਤੀਆਂ ਪੜ੍ਹਦੇ ਸੀ। ਹਾਂਜੀ ਉਹਨੂੰ 3 ਮਹੀਨੇ ਪਹਿਲਾਂ ਪਤਾ ਲੱਗ ਗਿਆ ਪਾਕਿਸਤਾਨ ਬਣ ਗਿਆ। ਉਹਦੇ ਚਲੇ ਚੱਲੀਏ ਬੁੜੇ ਮੰਨਦੇ ਨਹੀਂ ਕਹਿੰਦੇ ਕਦੇ ਘਰਾਂ ਤੋਂ ਵੀ ਕੋਈ ਉੱਠਿਆ ਮਾਮਾ ਪਾੜਾ ਇੱਥੇ 58-12 ਚ ਫੌਤ ਹੋਏ। ਮੈਂ ਛੋਟਾ ਜਿਹਾ ਸੀ ਉਦੋਂ ਆਪਣੇ ਲਾਗੇ ਚੀਚਾ ਪਤਨੀ ਦੇ। ਠੀਕ ਹੋ ਗਿਆ ਜੀ। ਬਾਕੀ ਤੁਹਾਡੇ ਜਿਹੜੇ ਨਾਲ ਯਾਰ ਬੇਲੀ ਖੇਲਦੇ ਹੁੰਦੇ ਉਹਨਾਂ ਦਾ ਕਿਸੇ ਦਾ ਨਾਂ? ਖੇਲਦੇ ਤਾਂ ਸਾਡੇ ਨਾਲ
ਹਰਬੰਸ ਸਿੰਘ ਜੈਲਦਾਰ ਦੇ ਦੋ ਮੁੰਡੇ ਉਹ ਸਾਡੇ ਨਾਲ ਚਲੇ ਜਾਂਦੇ, ਅਸੀਂ ਕਦੇ ਜਾਣ ਜਾਂਦੇ, ਸਾਡੇ ਨਾਲ ਚਲੇ ਜਾਂਦੇ ਬਸ। ਉਹਨਾਂ ਨਾਂ ਨੂੰ ਦਾ ਪਤਾ ਨਹੀਂ ਸੀ, ਉਹਨਾਂ ਦਾ ਨਾਂ ਇੱਕ ਨਾਲ ਸਾਫ ਸੀ, ਦੂਜੇ ਦਾ ਮੈਨੂੰ ਨਹੀਂ ਪਤਾ। ਸਹੀ ਐਵੇਂ ਮੈਂ ਕਹਾਂ ਸਹੀ ਸਹੀ। ਹਾਂ ਤੇ ਤੁਹਾਡੇ ਆਂਢ ਗੁਆਂਢ ਕੌਣ ਰਹਿੰਦੇ ਸੀ? ਆਂਢ ਗੁਆਂਢ ਸਾਡੇ ਸਾਰੇ ਸਿੱਖਾਂ ਦੇ ਘਰ ਵੀ ਸੀ ਤੇ ਆਪਣੇ ਫਕੀਰਾਂ ਦਾ ਇੱਕ ਘਰ ਸੀ, ਤਿੰਨ ਘਰ ਸਾਡੇ ਸੀ। ਰੂੜੀ ਮਟਣੀ ਸੀਗੀ ਮਾਈ, ਉਹਦੇ ਘਰ ਨੂੰ ਸਾਹਮਣੇ ਵੀ ਪੈਂਦੀ ਸੀ, ਉੱਥੇ ਰਹਿੰਦੇ ਸੀ ਅਸੀਂ। ਤੇ ਉਹਨਾਂ ਦੇ ਜਿਹੜੇ ਗੁਆਂਢ ਸੀ ਉਹਨਾਂ ਦੇ ਨਾਂ ਨੂੰ ਕੋਈ ਯਾਦ ਕਿਸੇ ਦੇ? ਗੁਆਂਢ ਉਹਨਾਂ ਦੇ ਮਾਲਣ ਸੀਗੀ, ਭਗਵਾਨੇ ਕੇ ਮਿਸਤਰੀ, ਵਾਹ ਸੇਵਾ ਤਖਾਣ, ਇਹ ਸੀ ਉਹਨਾਂ ਦੇ ਗੁਆਂਢ ਸਾਡੇ ਲਾਗੇ ਲਾਗੇ, ਚੁਆਰੇ ਚੂਰੇ ਉਹਨਾਂ ਦੇ ਸੀਗੇ। ਵਾਹ ਭਗਵਾਨੇ ਮਿਸਤਰੀ ਕੇ ਸ਼ਾਇਦ ਵਰਬੇ ਲੱਗੇ ਸੀ ਹੱਥ ਨਾਲ ਗੇੜਨ ਵਾਲੇ ਵੱਡੇ, ਸੱਲ ਸੁਲ ਪਾਉਣ ਨੂੰ। ਠੀਕ ਹੋ ਗਿਆ। ਅਤੇ ਅੱਛਾ, ਜਦੋਂ ਤੁਸੀਂ ਪਿੰਡ ਤੋਂ ਤੁਰੇ ਆ ਤੇ ਤੁਹਾਨੂੰ ਕਿਸੇ ਨੇ ਬਚਾਇਆ ਵੀ ਕਿ ਮਾਰਿਆ ਹੀ ਲੋਕਾਂ ਨੇ? ਬਚਾਉਣ ਦੇ ਵਿੱਚ ਸਾਧੂ ਸਿੰਘ ਨੇ, ਗੁਆਂਢੀ ਨੇ ਕਿਹਾ ਵੀ ਚਲੇ ਜਾਓ ਗੁਰਦੁਆਰੇ, ਇਕੱਠ ਹੋਇਆ 5000 ਸਿੱਖ ਇਕੱਠਾ ਹੋਇਆ ਤੇ ਉਹਨਾਂ ਨੇ ਕਿਹਾ ਮਾਰਨੇ ਦੱਸਿਓ ਉਹਨਾਂ ਇਹਨਾਂ ਨੂੰ। ਉਹਨੇ ਕਿਹਾ ਵੀ ਚਲੇ ਜਾਓ, ਮੌਕਾ ਤੁਸੀਂ ਰਹਿਣਾ ਨਹੀਂ ਦਾ। ਅਸੀਂ ਫਿਰ ਉਦੋਂ ਹੀ ਦਾਤੀਆਂ ਹੱਥਾਂ 'ਚ ਪਾ ਲਈਆਂ, ਬੋਰੀਆਂ ਦੇ ਝੁੰਬ ਜਿਹੇ ਮਾਰਦੇ, ਮੀਂਹ ਵਾਲਾ ਮਕਾਨ ਜਿਹਾ ਸੀ ਤੇ ਅਸੀਂ ਉਹ ਮੁਸਲਮਾਨਾਂ ਦੇ ਫਤਿਹਪੁਰਾਂ ਨੂੰ ਨਿਕਲੇ ਹਾਂ, ਵੀ ਇੱਧਰ ਆ ਗਏ ਹੈ। ਠੀਕ ਹੋ ਗਿਆ, ਠੀਕ ਹੋ ਗਿਆ। ਅਤੇ ਮੈਂ ਸੁਣਿਆ ਇੱਕ ਸਿੱਖ ਸੀ ਆਪਣੇ ਸਰਦਾਰ ਸਾਹਿਬ, ਉਹਨੇ ਤੁਹਾਨੂੰ ਘੋੜੀ 'ਤੇ ਜਾ ਕੇ ਮੋਗੇ ਦੱਸਿਆ ਵੀ ਇਹ ਕਾਫਲੇ ਮਾਰਦੇ, ਉਹਦਾ ਨਾਂ ਰਾਮ ਸੀ, ਰਾਮ ਰਾਮਸਰ ਸੀ ਵੀ ਉਹਦੇ ਨਾਂ 'ਤੇ ਸੀਗਾ, ਅਤੇ ਉਹ ਰਾਮ ਸੀ, ਬਹੁਤ ਅੱਛਾ ਬੰਦਾ ਸੀਗਾ। ਹਾਂਜੀ, ਉਹ ਗਿਆ ਘੋੜੀ 'ਤੇ ਜਾ ਕੇ, ਤੀਜੇ ਦਿਨ ਉਹਨੂੰ ਕਾਫ ਲੱਭੇ ਮਿਲਟਰੀ, ਅਤੇ ਦੋ ਦਿਨ ਮਾਰੇ ਗਏ ਸੀ ਕਾਫਲੇ ਵਾਲੇ, ਤੀਜੇ ਦਿਨ ਉਹਨੇ ਬਚਾਏ ਆਣ ਕੇ। ਉਹਨੇ ਕਿਹਾ ਭਾਜੋ ਸਿੱਖੋ ਆ ਗਈ ਮਿਲਟਰੀ ਮੁਸਲਮਾਨੀ, ਜੇ ਨਹੀਂ ਤਾਂ ਮਾਰ ਦੇਣਗੇ ਸਾਰਿਆਂ ਨੂੰ। ਉੱਡ ਗਏ ਅਤੇ ਉਹ ਘਰੇ ਲੈ ਆਇਆ, ਅਤੇ ਘਰੇ ਜੋ ਕੁਛ ਕਿਸੇ ਦੇ ਪੈਸੇ ਦੱਬੇ, ਉਹ ਵੀ ਦਾਣੇ ਭਰਾ ਕੇ ਵੀ ਦਿੱਤੇ, ਛੋਲੇ ਰੋਟੀਆਂ ਲਵਾ ਕੇ ਉਹਨੇ ਦਿੱਤੀਆਂ। ਉਹਨੇ ਕਿਹਾ ਜੋ ਕੁਛ ਕਿਸੇ ਦਾ ਦੱਬਿਆ ਦੱਸੋ, ਮੈਂ ਕਢਵਾ ਦਿਆਂ। ਉਹ ਫਿਰ ਸਾਰਾ ਕੁਛ ਜਿਹਨਾਂ ਨੇ ਦੱਸਿਆ, ਉਹ ਇੱਦਾਂ ਇੰਨੇ ਕੁ ਬੰਦੇ ਸਾਡੇ ਬਚੇ ਸੀਗੇ ਵਿੱਚ। ਹਾਂਜੀ, 300-400 ਬੰਦਾ ਸੀ। ਬੜੀ ਗੱਲ, ਕੁਛ ਸੁਣਿਆ ਵੀ ਨਹਿਰ ਤੁਹਾਡੇ ਲਾਗੇ ਸੀ, ਉੱਥੇ ਵੀ ਮੁਸਲਮਾਨ ਮਾਰਦੇ? ਨਹਿਰ 'ਤੇ ਵੀ ਮਾਰਦੇ ਰਹੇ ਆ। ਇੱਕ ਟੋਏ ਸੀ ਖੜਕੂਪਿਆ ਵਾਲੇ ਪਿੰਡ ਦੇ ਨਾਲ ਹੀ, ਇੱਥੇ ਵੀ ਮਾਰ ਦਿੱਤਾ ਸੀ ਇੱਕ ਆਪਦਾ, ਇੱਕ ਦੋ ਨਹਿਰ 'ਤੇ ਜਾ ਕੇ ਮਾਰੇ ਆ। ਬੜਾ ਜ਼ੁਲਮ ਸੀ, ਫਿਰ ਨਹੀਂ ਜਮ੍ਹਾਂ ਕਰ ਲੈਂਦੇ ਇਕੱਠੇ ਕੀਤੇ ਸੀ ਮੁਸਲਮਾਨ। ਹਾਏ ਹਾਏ, ਬੜੇ ਜ਼ਾਲਮ ਲੋਕ ਸੀ ਉਸ ਟਾਈਮ ਵੀ। ਹਾਲਾਂਕਿ ਉਦੋਂ ਬੜਾ ਤੁਹਾਡਾ ਪਿਆਰ ਮੁਹੱਬਤ ਕਿੱਦਾਂ ਸੀ ਹਿੰਦੂ ਸਿੱਖਾਂ ਨਾਲ ਤੁਹਾਡਾ? ਬਹੁਤ ਪਿਆਰ ਮੁਹੱਬਤ, ਕੋਈ ਕਿਸੇ ਨੂੰ, ਬਹੁਤ ਅੱਛਾ ਟਾਈਮ ਸੀ ਜਿਹੜਾ ਅਮਨ ਦਾ ਸੀਗਾ। ਜਦੋਂ ਇਹ ਰੌਲਾ ਪਿਆ ਉਦੋਂ ਬਹੁਤ ਖਰਾਬਾ ਹੋਇਆ ਫਿਰ ਕੇ। ਕਿਸੇ ਨੇ ਸੋਚਿਆ ਹੀ ਨਹੀਂ ਕਿ ਅਸੀਂ ਭੈਣ ਭਰਾਵਾਂ ਤੋਂ ਰਹਿੰਦੇ ਹਾਂ, ਸਾਨੂੰ ਨਹੀਂ ਲੜਨਾ ਚਾਹੀਦਾ। ਠੀਕ ਹੋ ਗਿਆ। ਅਤੇ ਹਾਂਜੀ, ਅਤੇ ਕਿੰਨੇ ਦਿਨਾਂ 'ਚ ਤੁਸੀਂ ਤਕਰੀਬਨ ਇੱਥੇ ਪਹੁੰਚ ਗਏ ਪਾਕਿਸਤਾਨ? ਪਾਕਿਸਤਾਨ ਤਾਂ ਅਸੀਂ ਤਾਂ ਤੀਜੇ ਚੌਥੇ ਦਿਨ ਹੀ ਪਹੁੰਚਦੇ, ਲੁੱਟਾਂ 'ਚ ਫਿਰਦੇ ਰਹੇ, ਸਾਡਾ ਜੀ ਨਹੀਂ ਕਰਦਾ ਸੋਨਾ ਚੱਕਣ ਨੂੰ, ਜੀ ਨਹੀਂ ਕਰਦਾ। ਭਰੇ ਪਏ ਸੀ ਮਕਾਨ, ਚੀ ਚਾਦਨੀ, ਕਾੜਾ ਪੱਤੋ ਕੀ, ਅੱਛਾ ਕਸੂਰ, ਜਿੱਥੇ ਮਰਜ਼ੀ ਬਹਿ ਜਾਂਦੇ, ਇੰਨਾ ਮਾਲ ਤੱਕ ਜਿੰਨਾ ਮਰਜ਼ੀ ਸਾਹਮਣੇ, ਅਤੇ ਬਿਮਾਰ ਸੀ, ਜੀ ਨਹੀਂ ਕਰਦਾ ਕਿ ਚੀਜ਼ ਚੁੱਕਣ ਨੂੰ, ਕੋਈ ਵੀ ਬਿਮਾਰ ਹੋ ਗਏ ਸੀ ਬਾਹਲੇ ਬੰਦੇ। ਅਤੇ ਅਕਸਰ ਕਹਿੰਦੇ ਬਿਮਾਰ ਹੋ ਗਏ, ਅਤੇ ਲੇਕਿਨ ਤੁਸੀਂ ਕਿ ਰਾਤ ਨੂੰ ਸਫ਼ਰ ਕਰਦੇ ਸੀ ਜਾਂ ਦਿਨ ਨੂੰ ਕਰਦੇ ਸੀ? ਦਿਨ ਰਾਤ ਨੂੰ ਕੋਈ ਨਹੀਂ, ਜਦੋਂ ਤੁਰ ਪਏ ਨਾ ਪਿੰਡੋਂ ਉਦੋਂ ਦਿਨ ਰਾਤ ਨਹੀਂ, ਰਾਤ ਨੂੰ ਤੁਰੇ ਆ, ਠੇਕੀਆਂ ਲੱਗੀਆਂ ਪਈਆਂ, ਬੰਦੇ ਵੱਡੇ ਪਏ ਸੀ। ਹਾਏ ਹਾਏ, ਮਖੂ ਵਾਲੇ ਕਾਫਲੇ ਨਾਲ ਆਏ ਅਸੀਂ। ਅੱਛਾ, ਮਖੂ ਵਾਲੇ ਕਾਫਲੇ ਨਾਲ ਜੀ। ਇੱਕ ਮੈਂ ਸੁਣਿਆ ਵੀ ਇੱਕ ਸਦਰ ਦੀ ਢੋਲੇ ਵਾਲੀਆ ਵੱਜਦਾ ਸੀ। ਹਾਂ, ਉਹ ਢੋਲੇ ਵਾਲੀਆ ਸੀਗਾ, ਉਹ ਤਾਂ ਫਿਰ ਬੇੜੀ 'ਤੇ ਚੜ੍ਹ ਕੇ ਆ ਗਿਆ, ਉਹ ਜਿਹੜੀ ਕਹਿੰਦਾ ਕਹਾਉਂਦਾ ਬੰਦਾ ਸੀ, ਰਾਈ ਸੀ ਉਹ ਢੋਲੇ ਵਾਲੇ, ਹੁਣ ਕਹਿੰਦੇ ਤਹਿਸੀਲ ਬਣ ਗਈ, ਮੈਂ ਸੁਣਿਆ। ਕਹਿੰਦੇ ਉਹਦਾ ਡਰ ਬੜਾ ਸੀ, ਅਤੇ ਉਹਦੇ ਕਾਫਲੇ ਨਹੀਂ ਲੋਕਾਂ ਨੇ ਮਾਰਿਆ, ਉਹਨਾਂ ਨੇ ਕਿਹਾ ਉਹਦੇ ਕੋਲ ਸਟੇਨ ਗਨ ਆ ਉਸ ਟਾਈਮ, ਇੰਡੀਆ ਦੇ ਵਕਤ ਉਹਦੇ ਕੋਲ ਸਟੇਨ ਗਨ ਸੀ, ਲੋਕ ਡਰਦੇ ਸੀ। ਕਹਿੰਦੇ ਇਹ ਵਾਲਦਾ ਵੀ ਮੇਰੀ, ਯਾਨੀ ਅੰਮੀ ਮੇਰੀ ਦੱਸਦੀ ਹੁੰਦੀ ਸੀ ਕਿ ਉਹ ਬੰਦਾ ਨਾ, ਉਹਦੀ ਵਜ੍ਹਾ ਤੋਂ ਪਾਕਿਸਤਾਨ ਬਹੁਤ ਲੋਕ ਆ ਗਏ। ਸਦਰ ਦੀਨ ਢੋਲੇ ਵਾਲੀਆ ਮਸ਼ਹੂਰ ਸੀ ਬੰਦਾ ਉਸ ਟਾਈਮ। ਮਖੂ ਕਾਫਲੇ ਨਾਲ ਅਸੀਂ ਆਏ ਹਾਂ, ਜੇ ਨਾ ਮਿਲਟਰੀ ਆਉਂਦੀ, ਹਿੰਦੂ ਮਿਲਟਰੀ ਆਉਣ ਡਈ ਸੀ, ਉਹਨਾਂ ਉਹ ਵੀ ਮੁਕਾਬਲਾ ਇਹ ਵੀ ਮਾਰ ਦੇਣਾ ਸੀ, ਬਚ ਗਏ। ਉੱਥੋਂ ਮਿਲਟਰੀ ਮੁਸਲਮਾਨੀ ਆ ਗਈ ਅਤੇ ਹਿੰਦੂ ਮੁੜ ਗਈ ਵੇਖ ਕੇ ਪਿੱਛੋਂ ਹੀ। ਸਹੀ। ਅਤੇ ਅੱਛਾ, ਆਪਣੇ ਤੁਹਾਡੇ ਨਾਨਾ ਨਾਨੀ ਕਿਹੜੇ ਪਿੰਡ ਰਹਿੰਦੇ ਸੀ? ਨਾਨਾ ਨਾਨੀ ਫਤਿਹਗੜ੍ਹ ਪੰਜਤੂਰਾਂ ਦੇ ਸੀ। ਫਤਿਹਗੜ੍ਹ ਪੰਜਤੂਰਾਂ, ਪੰਜਤੂਰਾਂ ਦਾ, ਅਤੇ ਉਹ ਉੱਥੇ ਰਹਿੰਦੇ। ਨਾਨੇ ਨਾਨੀ ਦਾ ਕੀ ਨਾਂ ਸੀ? ਨਾਨੇ ਨਾਨੀ ਦਾ, ਨਾਨੀ ਦਾ ਪੈਦੀ ਆ, ਉਹ ਆਮ ਤਾਂ ਨਹੀਂ ਆਪਣੇ ਪਿੰਡ ਦੇ, ਤਾਂ ਕੋਈ ਨਹੀਂ ਜਾਣਦੇ ਹੁਣ ਉਹਨਾਂ ਨੂੰ ਕਿਹੜਾ ਕੋਈ। ਹਾਂ, ਉਹਨਾਂ ਨੂੰ ਜਾਣਦਾ। ਠੀਕ, ਪੈਦੀ ਸੀ ਅਤੇ ਖੈਰਾ ਸੀ, ਨਾਨੇ ਨਾਲ ਖੈਰਾ ਸੀ।
ਅੱਛਾ ਉੱਥੇ ਤਾਂ ਵੱਡੀ ਹਵੇਲੀ ਸੀ ਫਤਿਹਗੜ੍ਹ ਪੰਜਤੂਰਾਂ ਦੇ। ਹਾਂ ਅੱਛਾ ਅੱਛਾ ਅੱਛਾ। ਵੀਰ ਭਾਨ ਉੱਥੇ ਹੁੰਦਾ ਸੀ, ਉਹ ਲਾਜ ਲੂਜ ਲੋਕਾਂ ਦਾ ਕਰਦਾ ਸੀ। ਵੀਰ ਭਾਨ ਬਾਜ਼ਾਰ ਦੇ ਵਿੱਚ ਦੁਕਾਨ ਹੁੰਦੀ ਸੀ ਉਹਦੀ। ਅੱਛਾ ਹਕੀਮ ਸੀ ਹਾਂ ਹਿੰਦੂ, ਉਹਦਾ ਨੂੰ ਜਾਣਦੇ ਸੀ ਵੀਰ ਭਾਨ? ਜਾਣਦੇ ਨਹੀਂ ਸੀਗੇ ਤੇ ਉਹਨਾਂ ਹੀ ਜਾਂਦੇ ਰਹੇ ਆ, ਤਾਂ ਉਹਦਾ ਨਾਂ ਉਹਦਾ ਪਤਾ ਸਾਨੂੰ। ਅੱਛਾ ਜਿਹੜੇ ਨਾਨੇ ਨਾਨੀ ਦੇ ਤੁਹਾਡੇ ਆਂਢ ਗੁਆਂਢ ਲੋਕ ਰਹਿੰਦੇ ਸੀ ਮੁੰਡੇ, ਤੁਹਾਨੂੰ ਕੋਈ ਜਾਣਦੇ ਹੁੰਦੇ ਸੀ ਯਾਰ ਬੇਲੀ? ਨਹੀਂ, ਮੁਸਲਮਾਨਾਂ ਦਾ ਨਾਲ ਹੀ ਘਰ ਇੱਕ ਦੋ ਮੁਸਲਮਾਨਾਂ ਦੇ, ਅਤੇ ਬਾਕੀ ਇੰਨਾ ਲੱਗਾ ਹੁੰਦਾ ਸੀ ਅੰਦਰ ਬਾਜ਼ਾਰ ਨੂੰ ਜਾਈਏ ਤਾਂ, ਹੋਰ ਏਡਾ ਨਹੀਂ ਸੀਗਾ। ਅੱਛਾ ਬੱਡੂਵਾਲ ਵੀ ਤੁਸੀਂ ਦੇਖਿਆ? ਬੱਡੂਵਾਲ ਧਰਮਕੋਟ ਇਹ ਤਾਂ ਕੋਲੇ ਕੋਲੇ ਸੀ, ਦੇਖੇ ਆ ਸਾਰੇ ਹੀ ਅਸੀਂ, ਉਹ ਤਾਂ ਕਨਾਲ ਹੀ ਲੱਗਦੇ ਸੀ ਸਾਡੇ ਪਿੰਡ ਦੇ। ਅੱਛਾ ਬੱਡੂਵਾਲ ਆਪਣਾ ਕੋਈ ਰਹਿੰਦਾ ਸੀ ਜਾਣ ਵਾਲਾ ਯਾਰ ਬੇਲੀ ਤੁਹਾਡਾ ਜਾਂ ਰਿਸ਼ਤੇਦਾਰ? ਬੱਡੂਵਾਲ ਸਾਡੀ ਸਕੀ ਮਾਮੀ ਰਹਿੰਦੀ ਸੀਗੀ, ਅਤੇ ਉਹਦੇ ਭਰਾ ਭਰੂ ਰਹਿੰਦੇ, ਉਹਦੇ ਭਰਾ ਭਰੂ ਰਹਿੰਦੇ ਸੀਗੇ, ਨਾਨੀ ਦੇ ਪੁੱਤ ਰਹਿੰਦੇ ਸੀ ਇੱਦਾਂ ਹੀ। ਉਹਨਾਂ ਨਾਨੂ ਦਾ ਕੋਈ ਪਤਾ, ਨਾਨੀ ਦੇ ਜਿਹੜੇ ਪੁੱਤ ਸੀਗੇ? ਨਾਨੀ ਦੇ ਪੁੱਤ ਤੁਹਾਡੇ ਮਾਮੇ ਹੀ ਲੱਗੇ ਨਾ? ਹੈਦਰ 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 ਸੀਗਾ, ਉਹ ਤਾਂ ਉਹਨਾਂ ਨੂੰ ਲੋਕਾਂ ਨੂੰ ਨਹੀਂ ਪਤਾ, ਉਹਨਾਂ ਨੂੰ ਕੀ ਪਤਾ। ਹਾਂ ਚਲੋ ਬੱਡੂਵਾਲ ਦੇ ਸ਼ਾਇਦ ਬੰਦਿਆਂ ਨੂੰ ਪਤਾ ਹੋਵੇ, ਉਹ ਉੱਥੇ ਮਾਰ ਦਿੱਤੇ ਹੀ ਆ ਗਏ ਸੀ ਪਾਕਿਸਤਾਨ ਵਿੱਚ, ਆ ਗਏ ਸੀ ਇੱਥੇ ਨਹਿਰ ਦੇ ਕਿਨਾਰੇ ਤੇ ਸੀ ਬੱਡੂਵਾਲਾ, ਫਿਰੋਜ ਵਾਲਾ। ਅੱਛਾ ਅੱਛਾ ਪਟੋਰੀ। ਅੱਛਾ ਫਿਰੋਜ ਵਾਲਾ। ਅੱਛਾ 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 ਅੱਛਾ। ਇਹ ਨਹਿਰ ਦਾ। ਅੱਛਾ ਖੰਨੇਵਾਲ ਵੀ ਤੁਸੀਂ ਦੇਖ, ਖੰਨੇਵਾਲਾ ਵੀ ਦੇਖਿਆ? ਖੰਨਾ ਸੀਗਾ, ਉਹ ਫਤਿਹਗੜ੍ਹ ਪੰਜਤੂਰਾਂ ਦੇ ਕੋਲੇ ਸੀਗੇ, ਉੱਥੇ ਸਾਡੇ ਮਾਸੜ ਰਹਿੰਦਾ, ਮਾਸੀ ਰਹਿੰਦੀ। ਉਹਨਾਂ ਦਾ ਨਾਂ ਕੀ ਸੀ? ਉਹਨਾਂ ਦਾ ਨਾਂ ਸਦਰਦੀਨ ਰਹੀਮੋ। ਅੱਛਾ। ਉੱਥੇ ਕੋਲੇ ਸ਼ਰਫੀ ਸ਼ਾਹ ਵਾਲਾ ਸੀਗਾ, ਉੱਥੇ ਵੀ ਸੱਯਦ ਰਹਿੰਦੇ ਸੀਗੇ, ਮੇਲਾ ਲੱਗਦਾ ਹੁੰਦਾ ਸੀ ਬਹੁਤ ਵਾਲਾ। ਠੀਕ ਹੋ ਗਿਆ। ਅਤੇ ਅੱਛਾ ਤੁਹਾਡਾ ਹੁਣ ਤੁਹਾਨੂੰ ਕਾਲਾ ਗੁਲਾ ਵਾਹਵਾ ਆਈਆਂ ਆਪਣੇ ਸਰਦਾਰਾਂ ਦੀਆਂ, ਕਿਸ਼ਨਪੁਰਿਓਂ ਅਤੇ ਇੰਗਲੈਂਡ ਕਨੇਡਾ, ਅਤੇ ਉਹ ਕਿਹਨਾਂ ਦੇ ਮੁੰਡੇ ਆ ਕੋਈ ਪਤਾ ਤੁਹਾਨੂੰ? ਕਨੇਡਾ 'ਚੋਂ ਬਹੁਤ ਆਈਆਂ ਵਾ, ਅਤੇ ਆਪਣੇ ਸਾਰਿਆਂ ਆਸਟ੍ਰੇਲੀਆ 'ਚੋਂ, ਇੰਗਲੈਂਡ 'ਚੋਂ, ਅਮਰੀਕਾ 'ਚੋਂ, ਸਾਰਿਓ ਸਾਨੂੰ ਕਾਲਾਂ ਬਹੁਤ ਉਹਨਾਂ ਨੇ ਕੀਤੀਆਂ ਬਹੁਤ। ਅੱਜ ਵੀ ਆ ਸ਼ੁਰੂ ਨੰਬਰਦਾਰ ਕੇ ਪਿੰਡ ਦੀ, ਅੱਛਾ ਅੱਛਾ, ਉਹਨਾਂ ਦੀ ਵੀ ਆਈ ਸਵੇਰੇ ਅਸ਼ਰੂ ਨੰਬਰਦਾਰ ਕੇ। ਹਾਂਜੀ। ਉਹਨਾਂ ਦਾ ਵੀ ਬੰਦਾ ਕਨੇਡਾ 'ਚ ਬੈਠਾ ਵਾ। ਹਾਂਜੀ। ਫਿਰ ਮੈਂ ਸੁਣਿਆ ਹਰਬੰਸ ਸਿੰਘ ਜੈਲਦਾਰ ਨਾ ਆਪਣਾ ਸਾਧੂ ਸਿੰਘ ਕਰਮੇ ਕਾ ਸੀ, ਉਹਨਾਂ ਦਾ ਮਰ ਮੁੜ ਗਿਆ, ਕੁੜੀ ਆ ਉਹਨਾਂ ਦੀ ਕਨੇਡਾ 'ਚ ਬੈਠੀ, ਉਹ ਆਉਂਦੀ ਬਾਬੇ ਨਾਲ ਮੇਰੇ ਵੀ ਗੱਲ ਕਰਾਇਓ। ਵਾਹ। ਅਤੇ ਉਹ ਹੁਣ ਕਿਸੇ ਮੌਕੇ ਉਹਨਾਂ ਨੇ ਉਹ ਕਹਿੰਦਾ ਨੰਬਰ ਦਿਆਂਗੇ, ਫਿਰ ਉਹਦਾ ਵੀ ਤੇ ਕਰ ਲਿਓ। ਸਹੀ ਸਹੀ। ਅਤੇ ਆਪਣੇ ਦੇ ਇਹ ਭੈਣਾਂ ਭਰਾਵਾਂ ਤੋਂ ਮਾਸ਼ਾਅੱਲਾ ਜੀ ਬੜੀ ਉਹ ਬਰਾਗੀਆਂ ਦੇ ਸੀਗੇ ਆਪਣੇ ਹਨਾਮ ਦਾਸ ਬਾਵੇ ਕੇ, ਉਹਨਾਂ ਦੇ ਪੋਤੇ ਰਹਿੰਦੇ ਆ। ਗਰਚੰਨ ਸੀ ਉਹਨਾਂ ਦਾ, ਉਹ ਤਾਂ ਫੌਤ ਹੋ ਗਿਆ ਸੀ। ਉਹਨਾਂ ਦੀ ਮਾਈ ਹੈਗੀ ਆ, ਘਰ ਆਉਂਦੇ ਆ ਪੜ੍ਹਾਉਂਦੀ ਹੁੰਦੀ ਸੀ, ਉਹ ਪਤਾ ਨਹੀਂ ਹੁਣ ਪੈਨਸ਼ਨ ਆ ਉਹਦੀ, ਉਹ ਪਿੰਡ ਹੈਗੀ ਆ ਕਿ ਉਹ ਹੈਗੀ ਆ? ਅੱਛਾ ਹਜੇ ਵੀ ਹੈ? ਹਾਂ ਹੈਗੀ, ਉਹ ਹੈਗੀ ਗਰਚੰਨ ਦੇ ਘਰੋਂ ਹੈਗੀ ਆ। ਤੁਹਾਨੂੰ ਜਾਣਦੇ ਹੋਣੇ? ਉਹ ਜਾਣਦੇ ਸੀ, ਉਹ ਮਾਈ ਨਹੀਂ ਆ, ਉਹ ਨਹੀਂ ਜਾਣਦੀ, ਉਹ ਵਜ੍ਹਾ ਉਹ ਬਾਅਦ 'ਚ ਸ਼ਾਦੀ ਉਹਦੀ ਹੋਈ, ਪੜ੍ਹ ਕੇ ਆਇਆ ਸੀ ਉਦੋਂ ਗਰਚੰਨ ਬਾਹਰੋਂ, ਪੜ੍ਹ ਕੇ ਗਿਆ ਕਿੱਥੋਂ ਗਿਆ। ਵਾਹ। ਇਹ ਖੁਸ਼ੀਏ ਖਤਰੀ ਕੇ ਹੁੰਦੇ, ਉਹਦਾ ਭਰਾ ਰਾਮ ਕਿਸ਼ਨ ਹੁੰਦਾ ਸੀ ਲਾਹੌਰ, ਉਹਦੇ ਸਾਰੇ ਜੀਆ ਜਾਂਦੇ ਸੀ, ਪੜ੍ਹਾਉਂਦੇ ਸੀ, ਆਪ ਪੜ੍ਹਾਉਂਦਾ ਸੀ ਮੁੰਡੇ ਮਾਂਡੇ, ਮਹੀਨਾ ਮਹੀਨਾ ਪਿੰਡ ਜਾਂਦੇ ਹੁੰਦੇ ਸੀਗੇ। ਅੱਛਾ ਅੱਛਾ ਅੱਛਾ। ਖੁਸ਼ੀਏ ਖਤਰੀ ਕੇ ਮਸ਼ਹੂਰ ਸੀ, ਹਾਂ ਉਹਦੀ ਦੁਕਾਨ ਮਸ਼ਹੂਰ ਸੀ ਖੁਸ਼ੀਏ ਖਤਰੀ, ਬਿਲਕੁਲ। ਅਤੇ ਪਿੰਡ ਕਿੱਡਾ ਸੀਗਾ? ਪਿੰਡ ਦਾ ਸੀ 12-14 ਨੰਬਰਦਾਰ, ਇੱਥੇ ਦੋ ਦੋ ਨੰਬਰਦਾਰ ਆ, ਉੱਥੇ 12-14 ਨੰਬਰਦਾਰ ਸੀ। ਦੇਖ ਲਓ ਵੀ ਕਿੱਡਾ ਹੋਣਾ ਚਾਹੀਦਾ, ਗੇੜਾ ਦੇਣ ਲੱਗ ਪਈਏ ਤੇ ਅੱਧੀ ਦਿਹਾੜੀ ਗੁਜ਼ਰ ਜਾਂਦੀ ਸੀ ਦਾਲੇ ਪਿੰਡ ਦੇ। ਬੜੀ ਗੱਲ ਆ, ਬੜਾ ਵੱਡਾ ਪਿੰਡ ਸੀ ਆਪਣੇ ਦੇ, ਤੇ ਪਾਕਿਸਤਾਨ ਇੱਕ ਨੰਬਰਦਾਰ ਹੀ ਇੱਕ ਪਿੰਡ 'ਚ ਆ। ਹੋਰ ਸਕੂਲ ਦੇ ਉੱਤੋਂ ਦੀ ਗੇੜਾ ਦੇ ਕੇ ਹਿੱਦੇ ਆਲੇ ਦੇ ਲਾ ਅੱਗੇ ਖਾਨਗਾਹ ਦੇ ਦਰਬਾਰ ਦੇ ਉੱਤੋਂ ਦੀ ਕੋਠੀਆਂ ਉੱਤੋਂ ਦੀ ਵਲ ਕੇ ਆਉਣਾ ਪੈਂਦਾ, ਦਿਹਾੜੀ ਅੱਧੀ ਲੱਗ ਜਾਂਦੀ ਸੀ ਸਾਰੀ। ਸਹੀ। ਅਤੇ ਕਬੱਡੀ ਕਬੱਡੀ ਵੀ ਹੁੰਦੀ ਹੋਏਗੀ? ਕੁਸ਼ਤੀਆਂ ਬੜੀਆਂ ਕਬਾਟੀਆਂ ਹੁੰਦੀਆਂ, ਛੱਡ ਕੇ ਕਹਿੰਦੀਆਂ ਘੋਦੀਆਂ, ਗਵਾਈਏ ਬਹੁਤ ਆਉਂਦੇ ਮੇਲੇ 'ਤੇ, ਰੋਸ਼ਨੀ ਲੱਗਦੀ ਸੀ ਉਸ ਪਿੰਡ, ਜਿਹੜਾ ਬਸੰਤਲੀ ਸ਼ਾਹ ਦਰਬਾਰ ਸੀਗਾ, ਉਹ ਕਹਿੰਦੇ ਵੀ ਦੋ ਸੀ, ਦੋ ਨਹੀਂ ਸੀ ਬਾਬੇ, ਇੱਕੋ ਹੀ ਸੀਗਾ। ਹਾਂਜੀ। ਉਹ ਫਤਿਹ ਅਲੀ ਸ਼ਾਹ ਅਤੇ ਬਸੰਤਲੀ ਸ਼ਾਹ ਇੱਕੋ ਹੀ ਸੀ, ਦੋ ਨਹੀਂ ਸੀ, ਉਹਨਾਂ ਇੱਕ ਮੈਨੂੰ ਉਹਨੇ ਦੱਸਿਆ ਵੀ ਦੋ ਸੀ। ਹਾਂਜੀ। ਮੈਂ ਕਿਹਾ ਦੋ ਹੁੰਦੇ ਤਾਂ ਕਮਰਾ ਦੋ ਥਾਂ ਹੁੰਦੀਆਂ, ਇੱਥੇ ਵੀ ਹੁੰਦੀ, ਉੱਥੇ ਵੀ। ਉਹ ਸ਼ਾਹਕੋਟ ਦਰਾਂਗਾ ਲੈਲਪੁਰ ਦੇ ਕੋਲੇ ਆ, ਉੱਥੇ ਦਫ਼ਨ ਹੋਏ ਆ। ਸਾਲ ਬਾਅਦ ਉਹਨਾਂ ਨੇ ਦੱਬਿਆ ਸੀ, ਸਾਲ ਬਾਅਦ ਕੱਢ ਕੇ ਉਹਦਾ ਬਣਾ ਕੇ ਰੋਜ਼ਾ ਅਤੇ ਫਿਰ ਦਫਨਾਇਆ ਮੁੜ ਕੇ ਦੁਬਾਰਾ। ਕੰਨ 'ਤੇ ਕਹਿੰਦੇ ਸੀ ਮਾੜਾ ਜਿਹਾ ਦਾਗ ਆ, ਜਿਹਨਾਂ ਦੇਖਿਆ, ਮੈਂ ਤਾਂ ਨਹੀਂ ਗਿਆ, ਅਤੇ ਮਾੜਾ ਜਿਹਾ ਕੰਨ 'ਤੇ ਦਾਗ ਸੀ, ਫਿਰ ਦਫਨਾਇਆ ਦੁਬਾਰਾ, ਮਾਨਤ ਕਰਕੇ ਦੱਬਿਆ ਸੀ ਪਹਿਲਾਂ।
ਸਹੀ ਤੇ ਮੋਚੀਆਂ ਦੇ ਘਰ ਉਹ ਰਹੇ ਆ। ਮੋਚੀਆਂ ਨੂੰ ਉਹਨਾਂ ਨੇ ਕਿਹਾ ਯਾਰ ਦਾਣੇ ਭਰੋਲੇ ਦੇ ਹੇਠੋਂ ਦੀ ਕੱਢੀ ਆਇਆ ਉੱਤੋਂ ਨਾ ਛੇੜਿਓ। ਉਹ ਮੋਚੀ ਕੱਢੀ ਆਏ ਮੁੜ ਕੇ ਉਹਨਾਂ ਕੋਲ ਕਿਤੇ ਉੱਤੋਂ ਟੱਕਣ ਲੈ ਗਿਆ ਵਿੱਚ ਕੁਛ ਉਹਨਾਂ ਏਦਾਂ ਮੋਜਦਾ ਸੀ ਉਹਨਾਂ ਮੋਜਦਾ ਸੀ ਵਾਹ ਤੇ ਇਹ ਅੱਛਾ ਇਹ ਜਿਹੜਾ ਤੁਹਾਡਾ ਪਿੰਡ ਉਹਦੇ ਪੁਰਾਣਾ ਹੀ ਹੋਏਗਾ ਕੋਈ 1000 ਸਾਲ ਜਾਂ 500 ਸਾਲ ਪੁਰਾਣਾ ਹੀ ਹੈ। ਹਾਂਜੀ ਇੱਥੋਂ ਯਾਨੀ ਤੁਹਾਡੇ ਵਾਲਦਿਆਂ ਦਾਦੇ ਪੜਦਾਦੇ ਇੱਥੇ ਹੀ ਰਹਿੰਦੇ ਸੀ ਕਿਸ਼ਨਪੁਰੇ ਰਹਿੰਦੇ ਸੀ ਬਹੁਤ ਕਦੇ ਲੰਮਾ ਪਿੰਡ ਦੇਰ ਦਾ ਅੱਧੇ ਮੁਸਲਮਾਨ ਹੋਣਗੇ ਉਦੋਂ ਅੱਧੇ ਕੁ ਸਿੱਖ ਹੋਣੇ ਮੇਰਾ ਖਿਆਲ ਹਿੰਦੂ ਸਿੱਖ ਅੱਧੇ ਕੁ ਕਾਫੀ ਮੁਸਲਮਾਨ ਘਰ ਸੀ ਸਹੀ ਹੈ ਹਿੰਦੂਆਂ ਦਾ ਮਾਝ ਰਾਮ ਰਾਮ ਕਹਿੰਦੇ ਸੀ ਤੇ ਜਿਹੜੇ ਸਿੱਖ ਸੀਗੇ ਉਹ ਵਾਹਿਗੁਰੂ ਕਹਿੰਦੇ ਸੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉਹ ਏਦਾਂ ਜਿਹੜੇ ਹਿੰਦੂ ਸੀ ਉਹ ਰਾਮ ਰਾਮ ਹੀ ਕਹਿੰਦੇ ਸੀ ਠੀਕ ਹੋ ਗਿਆ ਤੇ ਇੱਕ ਮਿੰਟ ਚਲੋ ਚੱਲ ਰਹੀ ਵੀਡੀਓ ਅੱਛਾ ਤੇ ਅੱਬਾ ਜੀ ਬੜੀ ਖੁਸ਼ੀ ਹੋਈ ਕਿ ਤੁਸੀਂ ਇੰਨੀਆਂ ਤੁਹਾਡੀਆਂ ਯਾਦਾਂ ਯਾਨੀ ਪਾਕਿਸਤਾਨ ਦੀਆਂ ਅਤੇ ਇੰਡੀਆ ਦੀਆਂ ਯਾਦਾਂ ਤਾਂ ਬੜੀਆਂ ਵੱਡਾ ਭਾਈ 2 ਸਾਲ ਪਹਿਲੇ ਫੌਤ ਹੋ ਗਿਆ ਉਹ ਮੇਰੇ ਨੂੰ ਵੀ ਜ਼ਿਆਦਾ ਸਾਰੇ ਪਿੰਡ ਨੂੰ ਦਾਦਿਆਂ ਪੜਦਾਦਿਆਂ ਨੂੰ ਕਈਆਂ ਨੂੰ ਜਾਣਦਾ ਸੀ ਉਹ ਮੈਂ ਬੜਾ ਮੈਂ ਬਰਾਗੀਆਂ ਨੂੰ ਆਪਣੇ ਇਹਨਾਂ ਨੂੰ ਬੜਾ ਹਰਨਾਮਦਾਸ ਬਾਵੇ ਕੇ ਨੂੰ ਬੜਾ ਜਾਣਦਾ ਸੀ ਇਹਨਾਂ ਦਾ ਰਾਮ ਜੀ ਸੀ ਹਰਨਾਮਦਾਸ ਬਾਵਾ ਸੀ ਗਿੰਦੀ ਗੁਰਚਰਨ ਇਹ ਇਹਨਾਂ ਦੇ ਬੰਦੇ ਸੀਗੇ ਹਰਨਾਮਦਾਸ ਬਾਵਾ ਜਿਹੜਾ ਸੀ ਉਹਦਾ ਮਾੜਾ ਜਿਹਾ ਸਿਰ ਹਿਲਦਾ ਹੀ ਨਹਾਉਂਦਾ ਹੁੰਦਾ ਸੀ ਅਸੀਂ ਵੀ ਪਿੱਛੇ ਜਾ ਕੇ ਨਹਾਉਣ ਲੱਗ ਪੈਣਾ ਰਾਮ ਜੀ ਦੇ ਦਾੜੀ ਹੁੰਦੀ ਉਹਦੇ ਦਾੜੀ ਮੁੱਛ ਕੋਈ ਨਹੀਂ ਸੀ ਸਹੀ ਅੱਛਾ ਤੁਹਾਡੇ ਕੇ ਵੱਡੇ ਭਾਈ ਕੀ ਨਾਮ ਸੀ ਉਹਨਾਂ ਦਾ ਫਕੀਰ ਮੁਹੰਮਦ ਫਕੀਰ ਨਹੀਂ ਦੂਸਰੇ ਜਿਹੜੇ ਫੌਤ ਹੋ ਗਏ ਸੀ ਕਿਹੜੇ ਪਿੰਡ ਹੋਏ ਇੱਕ ਨੂਰ ਮੁਹੰਮਦ ਸੀ ਉਹ ਤਾਂ ਸਾਡੇ ਨਾਲ ਕਿਹੜੇ ਫੌਤ ਹੋ ਗਿਆ ਸੀ ਜਾ ਉਹ ਪਿੰਡ ਕਿਹੜਾ ਸੀ ਨਾਲ ਕਿਹਦਾ ਪਿੰਡ ਸੀ ਫਤਿਹਗੜ੍ਹ ਪਿੱਛੇ ਦੂਰ ਅੱਛਾ ਉੱਥੇ ਫੌਤ ਹੋ ਗਏ ਠੀਕ ਹੋ ਗਿਆ ਮੁਹੰਮਦ ਆ ਗਿਆ ਜਿਹੜਾ ਮਹੀਨੇ ਮਹੀਨੇ ਤੇ ਹੋਰ ਨਹੀਂ ਤਾਂ ਜੀ ਸੁਣਾਓ ਉੱਥੋਂ ਦੀ ਕੋਈ ਯਾਦਦਾਸ਼ਤ ਬਲੇਰੀਆਂ ਯਾਦਦਾਸ਼ਤ ਤਾਂ ਹੁਣ ਜਿੰਨੀਆਂ ਕੋਈ ਪੁੱਛੀ ਜਾਵੇ ਦੱਸੀ ਜਾਈਏ ਬੜੇ ਤਕਲੀਫਾਂ ਨਾਲ ਪਾਕਿਸਤਾਨ ਬਣਿਆ ਲੇਕਿਨ ਲੋਕਾਂ 'ਚ ਅਕਲ ਸ਼ੋਰ ਹੈ ਨਹੀਂ ਗੇ ਅਸੀਂ ਪਿਆਰ ਭਗਤ ਨਾਲ ਰਹਿਣਾ ਚਾਹੀਦਾ ਅਤੇ ਬਾਕੀ ਆਪਣੇ ਜਿਹੜੇ ਸਿੱਖਾਂ ਨੂੰ ਬੜਾ ਚਾਅ ਹੋਇਆ ਆਪਣੇ ਕਿਸ਼ਨਪੁਰੇ ਬਹੁਤ ਸਿੱਖ ਹਮਾਇਤ ਕਰਦੇ ਆ ਬਹੁਤ ਬਹੁਤ ਹੀ ਜ਼ਿਆਦਾ ਤੇ ਕਰਦੇ ਆ ਇੰਨਾ ਤੇ ਹੁਣ ਕਰਦਾ ਹੀ ਕੋਈ ਨਹੀਂ ਜਿੰਨਾ ਉਹ ਕਰਦੇ ਆ ਆਪਦੇ ਨਹੀਂ ਕਰਦਾ ਅਤੇ ਸਾਡੇ ਅੱਬਾ ਜੀ ਬਹੁਤ ਖੁਸ਼ ਹੁੰਦੇ ਆ ਕਿ ਜਦੋਂ ਦੀ ਕਾਲਾਂ ਆਉਂਦੀਆਂ ਨਾ ਇੱਧਰੋਂ ਆਪਣੀ ਸਰਦਾਰਾਂ ਦੀਆਂ ਅਤੇ ਬੜਾ ਚਾਅ ਅਤੇ ਇਹਨਾਂ ਦਾ ਕੱਲ੍ਹ ਅਸੀਂ ਪਾਸਪੋਰਟ ਵੀ ਬਣਾਉਣ ਗਏ ਅਤੇ 10-15 ਦਿਨਾਂ ਨੂੰ ਆ ਜਾਣਾ ਲੇਕਿਨ ਸੁਣਿਆ ਕਿ ਵੀਜ਼ੇ ਨਹੀਂ ਲੱਗ ਰਿਹਾ ਹਜੇ ਵੀ ਅਤੇ ਸਾਨੂੰ ਬੜੀ ਖੁਸ਼ੀ ਹੋਈ ਸੀ ਕਿ ਮੈਂ ਅਤੇ ਮੇਰੇ ਅੱਬਾ ਜੀ ਇਰਾਦਾ ਤਾਂ ਸੀ ਆਉਣ ਦਾ ਜੇ ਕੋਈ ਪ੍ਰੋਗਰਾਮ ਕੋਈ ਕੁਦਰਤੀ ਬਣ ਗਿਆ ਤਾਂ ਵੇਖੀ ਜਾਊਗਾ ਅਤੇ ਮੈਨੂੰ ਅਛਰੂ ਨਾ ਨੰਬਰਦਾਰ ਕੇ ਪੋਤੇ ਨੇ ਕਿਹਾ ਵੀ ਹਜੇ ਪਿੰਡ ਜਾਣ ਦਾ ਟਾਈਮ ਨਹੀਂ ਔਖਾ ਦੀਦਾ ਅੱਛਾ ਸਹੀ ਅੱਛਾ ਇੱਕ ਛੱਜੂ ਸੀ ਬਾਬਾ ਉਹਦੀ ਵੀਡੀਓ ਦੇ ਛੱਜੂ ਤੇਲੀ ਦਫੇਦਾਰ ਵੀ ਕਹਿੰਦੇ ਉਹਦਾ ਲੜਕਾ ਉਹ ਹੈਗਾ ਤਫੈਲ ਆ ਮੇਰਾ ਖਿਆਲ ਤਫੈਲ ਨਾਲ ਗੱਲਬਾਤ ਹੋਈ ਸੀਗੀ ਅਤੇ ਸਾਡੇ ਬੜੀ ਖੁਸ਼ੀ ਹੋਈ ਅਸੀਂ ਕਿਸ਼ਨਪੁਰੇ ਜਾਵਾਂਗੇ ਹੋ ਸਕਦਾ ਅੱਲਾ ਪਾਕ ਸਾਡੇ ਵਾਲਦ ਦੀ ਜ਼ਿੰਦਗੀ ਕਰੇ ਅਤੇ ਸਾਡੇ ਵਾਲਦ ਉੱਥੇ ਜਾਣ ਅਤੇ ਆਪਣੇ ਭੈਣ ਭਰਾਵਾਂ ਨੂੰ ਮਿਲਣ ਉਸ ਕਿਸ਼ਨਪੁਰੇ ਨੂੰ ਯਾਦਾਂ ਤਾਜ਼ੀਆਂ ਹੋਣ ਦੇਖੋ ਇਹਦੇ ਅੱਲਾ ਨੂੰ ਪਤਾ ਜੀ ਆਹ ਵੀ ਬੜੀ ਬਾਤ ਆ ਵਾ ਇਹਨੇ ਤੈਨੂੰ $5 ਭੇਜ ਦਿੰਦੇ ਪਿੰਡ ਜਾਣਾ ਬਹੁਤ ਖੁਸ਼ੀ ਆ ਬਹੁਤ ਸਾਡੀ ਕੋਸ਼ਿਸ਼ ਮਦਦ ਕਰਦੇ ਆ ਗੱਡੀਆਂ ਲੈ ਕੇ ਆਵਾਂਗੇ ਬਾਕੀ ਬਾਰਡਰ ਤੁਸੀਂ ਇੱਕ ਵਾਰੀ ਆਓ ਸਹੀ ਹਾਂਜੀ ਸਹੀ ਹੋ ਗਿਆ ਅਤੇ ਚਲੋ ਬਸ ਕਰੀਏ ਕਿੰਨੀ ਕੁ ਹੋ ਗਈ ਵੀਡੀਓ।